ਇਹਨਾਂ ਦਾ ਕੇਸ ਕੰਗਾ ਕਿਰਪਾਨ ਕਛਹਿਰਾ ਕੜਾ ਇਹ ਜਾਂ ਸਾਡੀ ਜੱਤ ਸਾਧ ਦੀ ਨਿਸ਼ਾਨੀ ਕਛਹਿਰਾ ਇਹ ਅਸੀਂ ਗਲਤ ਕੰਮ ਨਹੀਂ ਕਰਨਾ ਕੋਈ ਵੀ ਤੇ ਕੇਸ ਇਹ ਸਾਨੂੰ ਪਰਮਾਤਮਾ ਵੱਲੋਂ ਬਖਸ਼ੇ ਵੇ ਇਹ ਮੋਹਰ ਹੈ ਗੁਰੂ ਦੀ ਸਾਡੇ ਦੀ ਮਾਸ਼ਾਅੱਲਾ ਇਹ ਘਰ ਦੀ ਖੇਤੀ ਨਹੀਂ ਹੈ ਮਾਸ਼ਾਅੱਲਾ ਤੇ ਬਾਕੀ ਅਸੀਂ ਗੁਰੂ ਨਾਨਕ ਸਾਹਿਬ ਦੇ 552 ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਅਸੀਂ ਤੇ ਆ ਕੇ ਪਹਿਲਾਂ ਤੁਹਾਨੂੰ ਮੁਬਾਰਕਬਾਦ ਦਿੱਤੀ ਹੈ ਜੀ ਅਸੀਂ ਇਮਰਾਨ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਦੋਂ ਵੀ ਅਸੀਂ ਇੱਥੇ ਆਉਂਦੇ ਹਾਂ ਸਾਨੂੰ ਇੰਨੀ ਮਤਲਬ ਖਾਣ ਪੀਣ ਰਹਿਣ ਸਹਿਣ ਦੀ ਔਰ ਸਕਿਉਰਿਟੀ ਸਾਡੀ ਇੰਨਾ ਉਹ ਮਤਲਬ ਫਿਕਰ ਕਰਦੇ ਹਰ 500 ਗਜ਼ 'ਤੇ ਉਹਨਾਂ ਨੇ ਆਪਣਾ ਸਕਿਉਰਿਟੀ ਲਾਈ ਵੀ ਸਾਨੂੰ ਅਸੀਂ ਮਤਲਬ ਚਾਹੇ 24 ਘੰਟੇ ਚੱਲੀ ਆਲੇ ਦੁਆਲੇ ਪੁਲਿਸ ਪਾਕਿਸਤਾਨ ਦੀ ਪੁਲਿਸ ਖੜ੍ਹੀ ਹੁੰਦੀ ਹੈ ਔਰ ਇੱਕ ਉਹਨਾਂ ਨੇ ਜਿਹੜਾ ਲਾਂਘਾ ਖੋਲਿਆ ਪਹਿਲੇ ਪਾਕਿਸਤਾਨ ਦਾ ਸਾਡਾ ਉਹਨਾਂ ਨੇ ਤਾਂ ਆਪਣੇ ਵੱਲੋਂ ਖੋਲਤਾ ਸੀ ਹੁਣ ਦੂਈ ਵਾਰੀ ਥੋੜ੍ਹਾ ਇੰਡੀਆ ਸਰਕਾਰ ਨੇ ਉਹ ਬੰਦ ਕਰਤਾ ਸੀ ਹਾਂਜੀ ਪਤਾ ਨਹੀਂ ਉਹਨਾਂ ਦੇ ਦਿਲ 'ਚ ਹੋਣਾ ਸੀ ਉਹਨਾਂ ਦਾ ਵੀ ਧੰਨਵਾਦ ਮੋਦੀ ਦਾ ਵੀ ਕਰਦੇ ਹਾਂ ਜਿਹਨਾਂ ਨੇ ਸਾਨੂੰ ਆਪਣੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਬਖਸ਼ਿਆ ਅਤੇ ਸਾਡੇ ਜਿਹੜੇ ਖੇਤੀ ਕਾਨੂੰਨ ਅਤੇ ਕਾਲੇ ਕਾਨੂੰਨ ਉਹ ਵਾਪਸ ਲਏ ਹਾਂਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡਾ 1000 ਇਹ ਕਾਲੇ ਕਾਨੂੰਨਾਂ ਦੀ ਸ਼ਹੀਦ ਹੋਇਆ ਸਾਡਾ 1000 ਬੰਦਾ ਸ਼ਹੀਦ ਹੋਇਆ ਅਸੀਂ ਕੋਈ ਵੀ ਕੰਮ ਲੈਣਾ ਹੋਇਆ ਸਰਕਾਰ ਨੂੰ ਸਾਨੂੰ ਕੁਰਬਾਨੀਆਂ ਦੇਣੀਆਂ ਪੈਂਦੀਆਂ ਪਹਿਲਾਂ ਅਸੀਂ ਅੰਗਰੇਜ਼ ਸਰਕਾਰ ਦੇ ਟਾਈਮ 'ਤੇ ਨਨਕਾਣਾ ਸਾਹਿਬ ਨੂੰ ਨਰੈਣੂ ਮਹੰਤਾ ਹੁਣ ਹਾਂਜੀ ਅਤੇ ਆਜ਼ਾਦ ਕਰਾਉਣ ਨੂੰ ਕਮ ਸੇ ਕਮ ਹੀ 200 ਸਿੱਖ ਨੂੰ ਜੀਂਦਿਆਂ ਨੂੰ ਸਾੜ ਦਿੱਤਾ ਗਿਆ ਔਰ ਉਹਨਾਂ ਦੇ ਗਲ ਮਤਲਬ ਉਹਨਾਂ ਨੂੰ ਪੁੱਠੇ ਏਜੰਡਾ ਦੇ ਨਾਲ ਬੰਨਿਆ ਗਿਆ ਤਾਂ ਅਸੀਂ ਆਪਣੇ ਗੁਰਦੁਆਰੇ ਆਜ਼ਾਦ ਕਰਾਏ ਅੰਗਰੇਜ਼ ਸਰਕਾਰ ਦੀ ਪਾਲਿਸੀ ਸੀ ਪਾੜੋ ਔਰ ਰਾਜ ਕਰੋ ਹਾਂਜੀ ਅਤੇ ਉਹਨਾਂ ਨੇ ਆਪਣਾ ਹਿੰਦੂ ਮਹੰਤ ਜਿਹੜੇ ਦੇ ਉਹ ਖੜ੍ਹੇ ਕਰਤੇ ਗੁਰਦੁਆਰਿਆਂ ਦਾ ਸਾਨੂੰ ਅਸੀਂ ਸਾਰਿਆਂ ਨਾਲ ਪਿਆਰੇ ਆਪਣੇ ਗੁਰਧਾਮ ਜਿਹੜੇ ਹੈ ਆਪਣੇ ਜਾਨ 'ਤੇ ਪਿਆਰੇ ਸਮਝਦੇ ਹਾਂ ਜਿਹੜੇ ਸਾਡੇ ਗੁਰੂ ਘਰ ਹੈ ਸਾਨੂੰ ਚਾਹੇ ਜਿੰਨੀਆਂ ਮਰਜ਼ੀ ਕੁਰਬਾਨੀਆਂ ਦੇਣੇ ਚਾਹੇ ਅਸੀਂ ਜਦੋਂ ਇੱਥੇ ਪਾਕਿਸਤਾਨ ਆਈ ਦਾ ਇੱਥੇ ਆਉਣ ਤੋਂ ਸਾਨੂੰ ਇੱਕ ਕਿਸਮ ਦਾ ਉਹ ਕਿਆ ਕਹਿੰਦੇ ਜੀ ਤੁਹਾਡੇ ਉਹਦੇ ਜੰਨਤ ਲੱਗਦਾ ਇੱਥੇ ਆ ਕੇ ਆਪਣਾ ਮਤਲਬ ਚਾਹੇ ਪੰਜਾ ਸਾਹਿਬ ਆ ਜਾਈਏ ਨਨਕਾਣਾ ਸਾਹਿਬ ਜਾਂ ਆ ਜਾਈਏ ਜਿਸ ਤਰ੍ਹਾਂ ਸਵਰਗ ਹੁੰਦਾ ਨਾ ਮਤਲਬ ਸਾਨੂੰ ਸਵਰਗ ਮਹਿਸੂਸ ਹੁੰਦਾ ਕਰਤਾਰਪੁਰ ਚੱਲ ਜਾਈਏ ਚਾਹੇ ਆਪਣਾ ਲਾਹੌਰ ਚੱਲ ਜਾਈਏ ਅਸੀਂ ਨਹੀਂ ਕਿਸ ਤਰ੍ਹਾਂ ਨਾ ਹੋਵੇ ਜਦੋਂ ਮੈਂ ਤਾਂ ਅੱਗੇ ਕਿਹਾ ਵੀ ਤੁਹਾਡਾ ਤਾਂ ਸਾਰਾ ਕੁਝ ਇੱਥੇ ਪੰਜਾ ਸਾਹਿਬ ਇੱਥੇ ਕਰਤਾਰਪੁਰਾ ਇੱਥੇ ਨਨਕਾਣਾ ਇੱਥੇ ਤੁਹਾਡਾ ਮਾਸ਼ਾਅੱਲਾ ਸਾਰਾ ਕੁਝ ਇੱਥੇ ਪਿੱਛੇ ਤਾਂ ਤੁਸੀਂ ਚਲੋ ਆਪਣਾ ਘਰ ਬਾਰ ਸੰਭਾਲਣ ਵਾਸਤੇ ਇਹ ਜਿਹੜੀ ਵਿੱਚ ਇੱਕ ਵਿੱਥ ਪਈ ਹੋਈ ਹੈ ਉਹਦੀ ਵਜ੍ਹਾ ਤੋਂ ਤੁਹਾਨੂੰ ਪਿੱਛੇ ਜਾਣਾ ਪੈਂਦਾ ਲੇਕਿਨ ਤੁਹਾਡਾ ਹੈ ਤਾਂ ਸਾਰਾ ਕੁਝ ਇੱਥੇ ਕਿਸਮ ਦੇ ਚਲੋ ਸਰਕਾਰਾਂ ਦੇ ਆਪਸ ਵਿੱਚ ਹੀ ਹੈ ਪਰ ਹਰ ਇਨਸਾਨ ਅਸੀਂ ਵੀ ਲੜਾਈ ਵੀ ਨਹੀਂ ਚਾਹੁੰਦੇ ਜੀ ਬਿਲਕੁਲ ਵੀ ਆਪ ਸਾਡਾ ਦੋਸਤ ਹੀ ਨਾ ਰਹਿਣ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਸਿੱਖ ਹੈ ਚਾਹੇ ਕ੍ਰਿਸਚਨ ਹੈ ਕਿ ਕੋਈ ਵੀ ਸ਼ਹੀਦ ਹੁੰਦਾ ਪਰ ਭਾਜੀ ਇਹ ਗੱਲ ਤੁਸੀਂ ਮੈਂ ਬੜਾ ਹੈਰਾਨ ਹੋਇਆ ਕਿਉਂਕਿ ਮੀਡੀਆ 'ਚ ਇਹ ਸਾਹਮਣੇ ਨਹੀਂ ਆਈ ਵੀ 1000 ਬੰਦਾ ਸ਼ਹੀਦ ਹੋਇਆ ਅਤੇ ਤਾਂ ਇਹ ਕਾਲੇ ਕਾਨੂੰਨ ਵਾਪਸ ਹੋਏ ਪੁੱਛੋ ਨਾ ਜਿੰਨੇ ਆ ਖੜੇ ਆ ਜੀ ਬਿਲਕੁਲ ਸਾਡੀ ਨੌਜਵਾਨ ਰਹੀ ਬੱਚੇ ਬੁੱਢੇ ਬਜ਼ੁਰਗ ਬੀਬੀਆਂ ਉੱਥੇ ਸ਼ਹੀਦ ਹੋਈਆਂ ਇਹ ਕਾਲੇ ਕਾਨੂੰਨ ਹਾਂਜੀ ਹਾਂਜੀ ਇਸ ਵੇਲੇ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਅੱਛਾ ਭਾਵੇਂ ਉਹ ਕਿਸੇ ਵੀ ਧਰਮ ਦਾ ਬੰਦਾ ਸੀ ਉਹਨੇ ਬਹੁਤ ਸਹਿਯੋਗ ਦਿੱਤਾ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਹਾਂਜੀ ਉਹ ਉਸ ਕੁਰਬਾਨੀ ਨਾਲ ਉਸ ਸ਼ਹਾਦਤ ਨਾਲ ਹੀ ਇਹ ਮੋਦੀ ਨੇ ਤਿੰਨੇ ਕਾਲੇ ਕਾਨੂੰਨ ਵਾਪਸ ਕੀਤੇ ਆ ਜਿਹੜਾ ਕਹਿੰਦਾ ਸੀ ਦੱਸੋ ਇਹਦੇ ਵਿੱਚ ਕਾਲਾ ਕੀ ਆ ਪਰ ਆਟੋਮੈਟ ਕੀ ਇਹ ਕੁਰਬਾਨੀਆਂ ਨੇ ਸਮਝਾਤਾ ਵੀ ਇਹਦੇ ਵਿੱਚ ਸਭ ਕੁਝ ਕਾਲਾ ਸਭ ਕੁਝ ਕਾਲਾ ਅਤੇ ਇਹਦੇ ਵਿੱਚ ਸਿੱਖ ਕੌਮ ਦੇ ਕਿੰਨੇ ਬੰਦੇ ਸ਼ਹੀਦ ਹੋਏ ਮੁਸਲਮਾਨਾਂ ਦੇ ਕਿੰਨੇ ਹੋਏ ਦੂਜੇ ਹਿੰਦੂਆਂ ਦੇ ਵੀ ਕੋਈ ਹੋਏ ਨੇ ਉੱਥੇ ਸ਼ਹੀਦ ਸਾਰਿਆਂ ਦੀਆਂ ਵੱਧ ਤੋਂ ਵੱਧ ਕੁਰਬਾਨੀਆਂ ਜੀ 1000 ਦੇ ਕਰੀਬ ਅੱਛਾ ਹਾਂਜੀ ਸਾਰੇ ਧਰਮਾਂ ਹਾਂਜੀ ਹਾਂਜੀ ਸਾਰੇ ਧਰਮਾਂ ਦੀਆਂ ਅੱਛਾ ਹਿੰਦੂ ਕੌਮ ਵੀ ਨਾਲ ਇਸ ਜਦੋਂ ਜੇ ਕਿਉਂਕਿ ਕੁਰਬਾਨੀ ਸਭ ਤੋਂ ਵੱਧ ਪੰਜਾਬੀਆਂ ਦੀ ਆ ਆਹੋ ਬਾਕੀ ਜਿਹੜਾ ਸਹਿਯੋਗ ਆ ਉਹ ਸਭਨਾਂ ਦਾ ਬਹੁਤ ਰਿਹਾ ਕਿਸਾਨਾਂ ਨਾਲ ਹਿੰਦੂਆਂ ਦਾ ਘੱਟ ਤਲੁਕਾ ਰਿਹਾ ਜੀ ਅੱਛਾ ਜ਼ਿਆਦਾ ਆਪਣਾ ਸਿੱਖਾਂ ਦਾ ਤਲੁਕਾ ਅਸੀਂ ਵਾਈ ਜਿਹੜੇ ਜੱਟ ਆ ਸਿੱਖ ਜ਼ਿਆਦਾ ਕਰਦੇ ਹਾਂ ਹਾਂਜੀ ਉਹ ਕਰਕੇ ਜ਼ਿਆਦਾ ਜਿਹੜਾ ਸੀ ਰਗੜਾ ਜਿਹੜਾ ਸੀ ਵੱਜਦਾ ਸਿੱਖਾਂ ਨੂੰ ਵੱਜਦਾ ਜੀ ਇਹ ਕਰਕੇ ਮਤਲਬ ਜ਼ਿਆਦਾ ਸਿੱਖਾਂ ਨੂੰ ਕੁਰਬਾਨੀਆਂ ਕਰਨੀਆਂ ਪਈਆਂ ਰਗੜਾ ਵੀ ਸਰਦਾਰਾਂ ਨੇ ਲਾਇਆ ਫਿਰ ਅਸੀਂ ਇਹੀ ਹੈ ਜਿਹੜੀ ਉੱਥੇ ਮੋਦੀ ਸਰਕਾਰ ਨੇ ਆਪਣੇ ਕਾਲੇ ਕਾਨੂੰਨ ਵਾਪਸ ਲੈ ਲੈਣ ਆਪਣਾ ਨਾਮ ਵੀ ਜ਼ਰਾ ਪੂਰਾ ਦੀਪ ਸਿੰਘ ਮੈਨੇਜਰ ਮੁਕਤਸਰ ਸਾਹਿਬ ਤੋਂ ਅਸੀਂ ਆਏ ਹਾਂ ਜੀ ਜਥਾ ਲੈ ਕੇ ਆਏ ਹਾਂ ਪੰਜਾਬ ਦੇ ਵਿੱਚੋਂ ਅਤੇ ਗੁਰੂ ਨਾਨਕ ਸਾਹਿਬ ਜੀ ਦਾ 552 ਜਿਹੜਾ ਜਨਮ ਦਿਨ ਹੈ ਉਹ ਮਨਾਉਣ ਆਏ ਹਾਂ ਹਾਂਜੀ ਅਤੇ ਸੰਗਤ ਨੇ ਬੜੀ ਸ਼ਰਧਾ ਦੇ ਧੂਮਧਾਮ ਨਾਲ ਮਨਾਇਆ ਹੈ ਇੱਥੋਂ ਦੀ ਸੰਗਤ ਇੱਥੋਂ ਦੀ ਸਿਕਿਉਰਿਟੀ ਇੱਥੋਂ ਦੀ ਸਰਕਾਰ ਨੇ ਬਹੁਤ ਚੰਗੇ ਇੰਤਜ਼ਾਮ ਕੀਤੇ ਹੈ ਲੰਗਰ ਪਾਣੀ ਨਹਾਉਣਾ ਧੋਣਾ ਹਰ ਚੀਜ਼ ਦੇ ਕਮਰੇ ਦੀ ਸਹੂਲਤ ਬਹੁਤ ਦਿੱਤੀ ਹੈ ਅਤੇ ਅਸੀਂ ਇਹਨਾਂ ਦੀ ਬਹੁਤ ਧੰਨਵਾਦ ਹਾਂ ਅਤੇ ਜਿਹੜਾ ਸਾਡਾ ਕਿਸਾਨੀ ਅੰਦੋਲਨ ਹੈ ਸਾਨੂੰ ਬਹੁਤ ਜੱਦੋ ਜਹਿਦ ਕਰਨੀ ਪਈ ਉਹਦੇ ਬਾਰੇ
अच्छा। सानू 14 महीने लगे है, 700 बंदा साडा सिंह ते सिंघणियां शहीद होईयां है। अच्छा। ठीक है, साडा बेशुमार पैसा उहदे ते साडा भी लग्या, हिंदुस्तान दा बाहर जिहड़े सिख संगत बैठी है करोड़ां अरबां रुपया खर्च उहदे ते होया है, पर अखीर दे विच मोदी साहब नूं झुकना पिया। वो इस करके गुरु नानक साहब जी जन्म दिहाड़ा आ, बहुत दुनिया का सब तो वड्डा दिहाड़ा यह है, वो उत्ते साढ़े झुक गया, नाले तो साढ़े उन्हें तो माफ़ी मंगी है सारे किसानों तो, नाले उन्हें कहा भी मैं 30 नवंबर नूं पार्लीमेंट का सैशन च रद्द करके तो जिहड़े सारे कानून बनाए ने थोड़े रद्द कर दूंगा। वाहिगुरू जी का खालसा, श्री वाहिगुरू जी की फतह। बाबा गुरु नानक साहब की भी मुबारक होवे उन्हां दे जन्मदिन की, तो ये काले कानून खास तौर पर ये जन्मदिन के उत्ते वापस होए ने, उसकी भी बड़ी बड़ी मुबारक। बहुत बहुत मेहरबानी आपकी, थैंक यू, बहुत शुक्रिया।